ਸਤਿ ਸ਼੍ਰੀ ਅਕਾਲ ਦੋਸਤੋ। ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਸੁਣ ਲਵੋ। ਕਿਸੇ ਨੂੰ ਨਫ਼ਰਤ ਹੈ ਮੇਰੇ ਨਾਲ ਅਤੇ ਕੋਈ ਮੈਨੂੰ ਪਿਆਰ ਕਰੀ ਬੈਠਾ ਏ, ਕਿਸੇ ਨੂੰ ਯਕੀਨ ਨਹੀਂ ਮੇਰੇ 'ਤੇ, ਕੋਈ ਮੇਰਾ ਇਤਬਾਰ ਕਰੀ ਬੈਠਾ ਏ। ਕਿੰਨੀ ਅਜੀਬ ਹੈ ਇਹ ਦੁਨੀਆ, ਕੋਈ ਮਿਲਣਾ ਨਹੀਂ ਚਾਹੁੰਦਾ ਅਤੇ ਕੋਈ ਮਿਲਣ ਦਾ ਇੰਤਜ਼ਾਰ ਕਰੀ ਬੈਠਾ ਏ। ਹਾਂਜੀ, ਇਸ ਪੈਰੇ ਨੂੰ ਅਸੀਂ 80 ਦੀ ਸਪੀਡ 'ਤੇ ਡਿਕਟੇਟ ਕਰਾਂਗੇ। ਹਾਂਜੀ, ਸਟਾਰਟ। ਇੱਕ ਵਾਰ ਫਿਰ ਭਾਰਤ ਦਾ ਆਪਣੇ ਸ਼ਕਤੀਸ਼ਾਲੀ ਗੁਆਂਢੀ ਦੇਸ਼ ਚੀਨ ਨਾਲ ਸਰਹੱਦਾਂ ਦੇ ਮੁੱਦੇ 'ਤੇ ਤਣਾਅ ਪੈਦਾ ਹੋ ਗਿਆ ਹੈ। ਡੰਡੀ ਅਜਿਹਾ ਹੀ ਤਣਾਅ ਭੂਟਾਨ, ਚੀਨ ਅਤੇ ਭਾਰਤ ਦੀ ਸਰਹੱਦ 'ਤੇ ਡੋਕਲਾਮ ਵਿੱਚ ਸਾਲ 2017 ਵਿੱਚ ਪੈਦਾ ਹੋਇਆ ਸੀ। ਡੰਡੀ ਉਸ ਸਮੇਂ 73 ਦਿਨ ਤੱਕ ਦੋਵਾਂ ਦੇਸ਼ਾਂ ਦੀਆਂ ਫੌਜਾਂ ਇਸ ਥਾਂ 'ਤੇ ਇੱਕ ਦੂਜੇ ਦੇ ਸਾਹਮਣੇ ਖੜੀਆਂ ਰਹੀਆਂ ਸਨ। ਡੰਡੀ ਅਜਿਹੀ ਸਥਿਤੀ ਨਾਲ ਲੜਾਈ ਦਾ ਖਦਸ਼ਾ ਬਣ ਗਿਆ ਸੀ। ਡੰਡੀ ਚੀਨ ਨੇ ਭਾਰਤ ਸਦੀਆਂ ਤੋਂ ਗੁਆਂਢੀ ਹੀ ਨਹੀਂ ਰਹੇ, ਸਗੋਂ ਇਹਨਾਂ ਦੇ ਆਪਸ ਵਿੱਚ ਵਪਾਰਕ ਅਤੇ ਸੱਭਿਆਚਾਰਕ ਸੰਬੰਧ ਵੀ ਬਣੇ ਰਹੇ ਹਨ। ਡੰਡੀ ਚੀਨ ਦੇ ਯਾਤਰੂ ਲਗਾਤਾਰ ਭਾਰਤ ਵਿੱਚ ਆਉਂਦੇ ਰਹੇ ਹਨ। ਡੰਡੀ ਭਾਰਤ ਦੀ ਧਰਤੀ 'ਤੇ ਪੈਦਾ ਹੋਏ ਬੁੱਧ ਧਰਮ ਨੇ ਇੱਕ ਸਮੇਂ ਚੀਨ 'ਤੇ ਆਪਣਾ ਬਹੁਤ ਵੱਡਾ ਪ੍ਰਭਾਵ ਛੱਡਿਆ ਸੀ। ਡੰਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਚਾਓ ਐਨ ਲਾਈ ਵਰਗੇ ਵੱਡੇ ਆਗੂਆਂ ਨਾਲ ਬਹੁਤ ਹੀ ਚੰਗੇ ਸੰਬੰਧ ਬਣੇ ਰਹੇ ਹਨ। ਡੰਡੀ ਉਸ ਸਮੇਂ ਦੋਵਾਂ ਦੇਸ਼ਾਂ ਦੀ ਭਰਾਤਰੀ ਨੂੰ ਪ੍ਰਗਟਾਉਂਦੇ ਪੰਚਸ਼ੀਲ ਨਾਂ ਦੇ ਐਲਾਨਨਾਮੇ ਦੀ ਵੀ ਵੱਡੀ ਚਰਚਾ ਹੋਈ ਸੀ ਅਤੇ ਉਸ ਸਮੇਂ ਗਲੀਆਂ ਵਿੱਚ ਹਿੰਦੀ, ਚੀਨੀ, ਭਾਈ ਭਾਈ ਦੇ ਨਾਰੇ ਗੂੰਜਦੇ ਰਹੇ ਸਨ। ਡੰਡੀ ਪਰ ਚੀਨ ਵੱਲੋਂ ਸਾਲ 1959 ਵਿੱਚ ਤਿੱਬਤ ਦੇ ਵਿਸ਼ਾਲ ਖਿੱਤੇ 'ਤੇ ਕਬਜ਼ਾ ਕਰ ਲੈਣ ਤੋਂ ਬਾਅਦ ਉੱਥੋਂ ਦੇ ਧਰਮ ਗੁਰੂ ਦਲਾਈ ਲਾਮਾ ਨੂੰ ਭੱਜ ਹਾਂਜੀ ਪੈਰਾ ਕਿ ਭਾਰਤ ਆ ਕੇ ਸ਼ਰਨ ਲੈਣੀ ਪਈ ਸੀ। ਡੰਡੀ ਚਾਹੇ ਉਸ ਸਮੇਂ ਤੋਂ ਬਾਅਦ ਭਾਰਤ ਨੇ ਹਮੇਸ਼ਾ ਹੀ ਦਲਾਈ ਲਾਮਾ 'ਤੇ ਆਪਣੀ ਧਰਤੀ ਤੋਂ ਚੀਨ ਵਿਰੁੱਧ ਰਾਜਨੀਤਿਕ ਸਰਗਰਮੀਆਂ ਨਾ ਕਰਨ ਦੀ ਸ਼ਰਤ ਲਗਾ ਰੱਖੀ ਸੀ, ਪਰ ਚੀਨ ਨੂੰ ਕਦੀ ਵੀ ਦਲਾਈ ਲਾਮਾ ਦਾ ਭਾਰਤ 'ਚ ਸ਼ਰਨ ਲੈਣਾ ਗਵਾਰਾ ਨਹੀਂ ਹੋਇਆ। ਡੰਡੀ ਇਸ ਤੋਂ ਇਲਾਵਾ ਉਸ ਨੇ ਲਗਭਗ ਆਪਣੇ ਸਾਰੇ ਹੀ ਗੁਆਂਢੀਆਂ ਨਾਲ ਹਮੇਸ਼ਾ ਸਰਹੱਦੀ ਵਿਵਾਦ ਨੂੰ ਮਘਾਈ ਰੱਖਿਆ। ਡੰਡੀ ਇਸ ਸੰਬੰਧੀ ਉਸ ਨੇ ਕਦੇ ਵੀ ਸਮਝੌਤਾ ਕਰਨ ਦੀ ਨੀਤੀ ਨਹੀਂ ਅਪਣਾਈ। ਡੰਡੀ ਰੂਸ ਨਾਲ ਵੀ ਉਸ ਦਾ ਲੰਮਾ ਸਰਹੱਦੀ ਵਿਵਾਦ ਚੱਲਦਾ ਰਿਹਾ ਸੀ। ਡੰਡੀ ਚਾਹੇ ਦੋਵੇਂ ਦੇਸ਼ ਕਮਿਊਨਿਸਟ ਵਿਚਾਰਧਾਰਾ ਦੇ ਹਮਾਇਤੀ ਸਨ, ਪਰ ਇਸ ਦੇ ਬਾਵਜੂਦ ਉਹਨਾਂ ਦੀਆਂ ਸਰਹੱਦੀ ਝੜਪਾਂ ਲੰਮਾ ਸਮਾਂ ਚੱਲਦੀਆਂ ਰਹੀਆਂ, ਪਰ ਆਖਰ ਰੂਸ ਨੂੰ ਵੀ ਇਸ ਮਸਲੇ 'ਤੇ ਸਾਲ 2008 ਵਿੱਚ ਸਮਝੌਤਾ ਕਰਨ ਲਈ ਮਜਬੂਰ ਹੋਣਾ ਪਿਆ ਸੀ। ਡੰਡੀ 1962 ਦੇ ਹਮਲੇ ਤੋਂ ਬਾਅਦ ਅੱਜ ਤੱਕ ਵੀ ਚੀਨ ਨੇ ਭਾਰਤ ਵੱਲੋਂ ਆਪਣੇ ਕਹੇ ਜਾਂਦੇ ਇਲਾਕਿਆਂ ਦੇ 35,000 ਕਿਲੋਮੀਟਰ ਦੇ ਰਕਬੇ 'ਤੇ ਕਬਜ਼ਾ ਕੀਤਾ ਹੋਇਆ ਹੈ। ਡੰਡੀ ਇਹ ਤਣਾਅ ਹੁਣ ਤੱਕ ਵੀ ਬਣਿਆ ਆ ਰਿਹਾ ਹੈ। ਡੰਡੀ
सरहदी झगड़े खत्म करन लई दोवां देशां दीआं उच्च पद्धर दीआं अनेकां अनेक मीटिंगां भी हो चुकियां हन, पर चीन दी लगातार अड़ी ने इस मसले नूं हल नहीं होण दिता डंड। अखीर साल 1988 विच भारत दे प्रधानमंत्री राजीव गांधी नूं चीन दा दौरा करना पिया सी। डंडी स्टॉप।